1960 तो आज ताई है कि खेती खेती सरकारां ने प्रोटेक्ट करनी हुंदी आ, सरकारां ने किसानां नूं सांभ के रखना हुंदा, सरकारां ने किसानां नूं सबसिडियां देनियां हुंदियां। सानू ना कदे उन्हां ने प्रोटेक्ट किया, सांभ के रखिया, ना कदे सबसिडियां दित्तियां। दित्तियां तां साडी MSP चों खो लैंदे सी, इधरों सानू बिजली मुफ्त दे देंदे, उधरों MSP चों घटा देंदे, तां गल फिर उत्थे आ जांदी। ਇਹ ਨੀਤੀਆਂ ਵੀ ਸਾਡੇ ਕਦੇ ਸਮਝ ਨਹੀਂ ਆਈਆਂ ਜਾਂ ਸਾਡੇ ਬਜ਼ੁਰਗਾਂ ਦੇ, ਕਿਉਂਕਿ ਅਸੀਂ ਤਾਂ ਮੰਗਦੇ ਹੀ ਦਾਨ, ਭਰੋਸਾ ਦਾਨ ਦਾ ਅਰਦਾਸ 'ਚ ਅਸੀਂ ਭਰੋਸਾ ਦਾਨ ਮੰਗਦੇ ਹਾਂ। ਤਾਂ ਬਜ਼ੁਰਗਾਂ ਨੂੰ ਤਾਂ ਐਂ ਹੁੰਦਾ ਸੀ ਵੀ ਸਾਡੇ ਆਗੂ, ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਉਹ ਸਾਡੇ ਲਈ ਕੰਮ ਕਰਨਗੇ। ਪਰ ਆਗੂਆਂ ਨੇ ਗਦਾਰੀਆਂ ਕੀਤੀਆਂ ਸਾਡੇ ਲਈ, ਸਾਡੇ ਆਗੂਆਂ ਨੇ ਵੀ ਨਹੀਂ ਕੰਮ ਕੀਤਾ। ਸੋ ਗੱਲ ਕਿੱਥੇ ਆ ਕੇ ਅੜ ਗਈ? ਇਕੱਲੀ ਖੇਤੀ 'ਤੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਡੇ ਜਿਹੜੇ ਜਵਾਨ ਆ, ਨੌਜਵਾਨ ਆ, ਜਦੋਂ ਉਹਨਾਂ ਨੇ ਆ ਕੇ ਸੰਬੋਧਨ ਕਰਨਾ, ਸਟੇਜ ਤੋਂ ਬੋਲਣਾ, ਇਹ ਗੱਲਾਂ ਸੁਣਨ ਵਾਲੀਆਂ, ਕਿਉਂਕਿ ਮੈਨੂੰ ਛੋਟੇ ਹਿੰਦੂ ਤੋਂ ਹੀ, ਜਿਵੇਂ ਕਹਿੰਦੇ ਆ, ਬਜ਼ੁਰਗਾਂ ਦਾ ਚੰਡਿਆ ਹੋਇਆ ਜਾਂ ਉਸਤਾਦਾਂ ਦਾ ਚੰਡਿਆ ਹੋਇਆ, ਸਾਨੂੰ ਤਰੀਕੇ, ਸਲੀਕੇ, ਤਹਿਜ਼ੀਬ, ਲਿਆਕਤ, ਇਹਨਾਂ ਚੀਜ਼ਾਂ ਬਾਰੇ ਬੜਾ ਸਿਖਾਇਆ ਜਾਂਦਾ ਸੀ। ਕਿਸੇ ਦਾ ਆਦਰ, ਮਾਣ, ਸਰਕਾਰ ਸਤਿਕਾਰ ਕਿਵੇਂ ਕਰਨਾ, ਇਸ ਚੀਜ਼ ਬਾਰੇ ਬੜਾ ਸਿਖਾਇਆ ਜਾਂਦਾ ਸੀ। ਜਦੋਂ ਤੁਸੀਂ ਮੰਚ 'ਤੇ ਆਉਣਾ ਤਾਂ ਕੋਈ ਬਜ਼ੁਰਗ ਆਉਂਦਾ ਤਾਂ ਮੰਚ ਨੂੰ ਸਨਮਾਨ ਦੇ ਕੇ, ਐਡਾ ਉਹਦੀ ਬਾਡੀ ਲੈਂਗੁਏਜ 'ਚ ਹੀ ਇੱਕ ਆਦਰ ਸਰਕਾਰ ਹੁੰਦਾ, ਆਪਦੇ ਜੋੜੇ ਲਾ ਕੇ ਉੱਥੇ, ਜੁੱਤੇ ਲਾ ਕੇ, ਬੂਟ ਲਾ ਕੇ ਰੱਖ ਕੇ, ਅਤੇ ਬਜ਼ੁਰਗ ਫਿਰ ਮੰਚ 'ਤੇ ਚੜ੍ਹ ਕੇ ਅਤੇ ਸੰਗਤ ਨੂੰ ਸੰਬੋਧਨ ਕਰਦਾ। ਇਹ ਬਹੁਤ ਵੱਡਾ ਸਨਮਾਨ ਆ ਜਦੋਂ ਸਾਨੂੰ ਮੰਚ ਦਿੱਤਾ ਜਾਂਦਾ ਵੀ ਤੁਸੀਂ ਹੁਣ ਸੰਗਤ ਨੂੰ ਸੰਬੋਧਨ ਕਰਨਾ ਅਤੇ ਸੰਗਤ ਨੇ ਬੈਠ ਕੇ ਤੁਹਾਡੇ ਵਿਚਾਰ ਸੁਣਨੇ ਆ। ਸੋ ਜਿਹੜੇ ਨੌਜਵਾਨ ਆਉਂਦੇ ਆ ਇੱਥੇ, ਮੈਨੂੰ ਲੱਗਦਾ ਇਸ ਗੱਲ ਦੀ ਇਹੀ ਤਹਿਜ਼ੀਬ ਆ, ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਬਾਈ ਜੀ, ਤੁਹਾਨੂੰ ਵੀ ਜਾਂ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਆਏ ਸੀ। ਇਹ ਛੋਟੀਆਂ ਛੋਟੀਆਂ ਗੱਲਾਂ, ਇਹਨਾਂ 'ਚ ਕਿਸੇ ਦੀ ਆਪਾਂ ਬੇਇੱਜ਼ਤੀ ਨਹੀਂ ਕਰ ਰਹੇ ਹੁੰਦੇ, ਪਰ ਆਪਦੀ ਤਹਿਜ਼ੀਬ ਹੀ ਦੱਸ ਰਹੇ ਹੁੰਦੇ ਹਾਂ ਵੀ ਅਸੀਂ ਕਿਤੇ ਨਾ ਕਿਤੇ ਖਤਾ ਕਿਉਂ ਖਾਂਦੇ ਹਾਂ। ਖਤਾ ਇਸੇ ਕਰਕੇ ਖਾਂਦੇ ਹਾਂ, ਅਸੀਂ ਛੋਟੀਆਂ ਗੱਲਾਂ ਦਾ ਧਿਆਨ ਨਹੀਂ ਦਿੰਦੇ, ਵੱਡੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ। ਜੇ ਅਸੀਂ ਛੋਟੀਆਂ ਗੱਲਾਂ ਨੂੰ ਨਹੀਂ ਸਮਝਾਂਗੇ ਤਾਂ ਵੱਡੀਆਂ ਗੱਲਾਂ ਨੂੰ ਸਮਝਣ ਦੀ ਐਬਿਲਿਟੀ ਵੀ ਸਾਡੇ 'ਚ ਨਹੀਂ ਆਉਂਦੀ। ਇਸ ਕਰਕੇ ਗੱਲ ਓਬਜ਼ਰਵੇਸ਼ਨ ਤੋਂ, ਛੋਟੀਆਂ ਗੱਲਾਂ ਤੋਂ ਸ਼ੁਰੂ ਹੁੰਦੀ ਆ ਅਤੇ ਫਿਰ ਹੀ ਇੱਕ ਸੋਚ ਵਿਕਸਿਤ ਹੁੰਦੀ ਆ, ਇੱਕ ਪ੍ਰੋਸੈਸ ਆ, ਇੱਕ ਐਵੋਲਿਊਸ਼ਨ ਆ, ਅਤੇ ਇਨਸਾਨ ਦੀ ਸੋਚ ਉਸ ਜਗ੍ਹਾ 'ਤੇ ਜਾ ਕੇ ਬਿਰਤੀ ਉਹਦੀ ਲੱਗ ਜਾਂਦੀ ਆ ਜਿੱਥੇ ਫਿਰ ਜਦੋਂ ਤੁਸੀਂ ਮੰਚ ਤੋਂ ਵੀ ਸੰਬੋਧਨ ਕਰਦੇ ਹੋ ਫਿਰ ਤੁਹਾਨੂੰ ਇਹ ਕਹਿਣਾ ਨਹੀਂ ਪੈਂਦਾ ਵੀ ਮੈਂ ਮੰਚ ਤੋਂ ਸੰਬੋਧਨ ਨਹੀਂ ਕਰਦਾ ਹੁੰਦਾ, ਫਿਰ ਸੰਗਤ ਸੁਣੂਗੀ। ਸੋ ਮੈਨੂੰ ਲੱਗਦਾ ਬਜ਼ੁਰਗਾਂ ਨੇ ਜਿਹੜੇ ਸਾਡੇ ਪੁਰਾਣੇ ਸਿਧਾਂਤ ਘੜੇ ਆ, ਜਿਨ੍ਹਾਂ 'ਚ ਅਸੀਂ ਕਹਿੰਦੇ ਹਾਂ ਵੀ ਪਿੰਡਾਂ 'ਚ ਆਮ ਤੌਰ 'ਤੇ ਸਾਡੀਆਂ ਕਹਾਵਤਾਂ ਹੁੰਦੀਆਂ, ਉਹਨਾਂ ਦੇ ਪਿੱਛੇ ਬਹੁਤ ਲੰਬੇ ਸਮੇਂ ਦੇ ਕਿਤੇ ਨਾ ਕਿਤੇ ਕਿਤੇ ਵਿਚਾਰਧਾਰਾ ਚੱਲੀ ਆ ਰਹੀ ਹੁੰਦੀ ਆ। ਕਈਆਂ ਚੀਜ਼ਾਂ ਦਾ ਸਾਨੂੰ ਖੰਡਨ ਕਰਨਾ ਪੈਂਦਾ, ਕਈ ਇਹੋ ਜਿਹੀਆਂ ਵਿਚਾਰਧਾਰਾ ਜਾਂ ਇਹੋ ਜਿਹੇ ਸਿਧਾਂਤ ਆ ਕਿ ਜਿਨ੍ਹਾਂ ਨੂੰ ਨਾਲ ਲੈ ਕੇ ਵੀ ਚੱਲਣਾ ਪੈਂਦਾ। ਸੋ ਇਹ ਮੰਥਨ ਵੀ ਅਸੀਂ ਆਪ ਕਰਨਾ, ਕਿਸ ਵਿਚਾਰਧਾਰਾ ਦਾ, ਕਿਸ ਪੁਰਾਣੇ ਸਿਧਾਂਤ ਦਾ ਖੰਡਨ ਕਰਨਾ ਅਤੇ ਕਿਸ ਸਿਧਾਂਤ ਨੂੰ ਅਸੀਂ ਨਾਲ ਲੈ ਕੇ ਚੱਲਣਾ। ਇਹ ਤਾਂ ਇੱਕ ਸਮਾਜਿਕ ਸਮਝ ਦੀ ਜਾਂ ਸੋਸ਼ਲ ਸਾਇੰਸ ਜਿਹਨੂੰ ਕਹਿ ਦਿੰਦੇ ਹਾਂ ਉਹਦੀ ਗੱਲ ਹੋ ਗਈ, ਮੈਨਰਿਜ਼ਮ ਦੀ ਗੱਲ ਹੋ ਗਈ। ਹੁਣ ਥੋੜ੍ਹੀ ਜਿਹੀ ਗੱਲ ਆਪਾਂ ਆਰਡੀਨੈਂਸ ਦੀ ਜਾਂ ਸਰਕਾਰਾਂ ਦੀ ਕਰੀਏ। ਅੱਜ ਦਾ ਜੋ ਮੁੱਦਾ, ਕਿਸਾਨੀ ਦਾ ਮੁੱਦਾ, ਮਜ਼ਦੂਰਾਂ ਦਾ ਮੁੱਦਾ, ਅਸੀਂ ਸ਼ੁਰੂ ਹੁੰਦੇ ਹਾਂ 1960-1966 ਚੋਂ, ਜਦੋਂ ਸਾਡੇ ਦੇਸ਼ 'ਚ ਭੁੱਖਮਰੀ ਆਉਣ ਦੇ ਸਾਰੇ ਲੱਛਣ ਪੈਦਾ ਹੋ ਚੁੱਕੇ ਸੀ। ਐਂ ਲੱਗਦਾ ਸੀ ਵੀ ਹਿੰਦੁਸਤਾਨ 'ਚ ਫੂਡ ਕ੍ਰਾਈਸਿਸ ਆਜੂਗਾ, ਅਤੇ ਫੂਡ ਕ੍ਰਾਈਸਿਸ ਆਉਣ ਦੇ ਨਾਲ, ਅਨਾਜ ਦਾ ਕ੍ਰਾਈਸਿਸ ਆਉਣ ਦੇ ਨਾਲ ਰਾਇਟਸ ਹੋ ਜਾਣਗੇ, ਲੋਕ ਇੱਕ ਦੂਜੇ ਤੋਂ ਖੋ ਖੋ ਕੇ ਅਨਾਜ ਲੈ ਕੇ ਜਾਣਗੇ ਅਤੇ ਆਪਦੇ ਪਰਿਵਾਰਾਂ ਨੂੰ ਖਵਾਉਣਗੇ। ਉਸ ਵੇਲੇ ਸਰਕਾਰਾਂ ਦੀ ਮੰਗ ਸੀ,
खास तौर पर सेंटर सरकार की भी साढ़े देश को आत्म निर्भर किया जाए, अनाज को लेके साड़ी आत्म निर्भरता होनी चाहिए आ। और उस वेले जड़ियाँ अमरीका दिया बड़ियां बड़ियां कंपनियां सी जिन्हां नूं मल्टीनैशनल कंपनियां आपां कहिंदे आ या कारपोरेट घराणा जिन्हां दा नां दित्ता जांदा अज, उस वेले उह बहुत वड्डे पद्धर ते फर्टिलाइजर आ रेहां स्प्रेयां बनाउण च लगियां होईयां सी। सो फूड अप फूड क्राइसिस जदों आया उह पैदा कीता गया, हिंदुस्तान च भी पैदा कीता गया। 1960-70 च असीं अनाज मंगाउंदे हुंदे सी अमरीका तों, अमरीका ने अनाज के नाल नाल सानू रेहां स्प्रेयां भी देनियां शुरू करती हैं, एक मंडी विकसित करती है, इत्थे पूरी मंडी विकसित करके हिंदुस्तान की सरकार ते ये भी दबाव पाया भी तुसी साढ़े जिहड़े प्रोडक्ट्स आ इनू इस मंडी च वेचो, ते हिंदुस्तान की सरकार की भी आपदी एक मंग सी उस वेले देश नू फूड क्राइसिस चो कढ़ना ते अनाज लई आत्म निर्भरता पैदा करनी, इसलिए पंजाब नू पूरे पंजाब नू चुनिया गया। मेरी आवाज़ कल दी थोड़ी जी बैठी आ, सो आई चलना पऊगा। पूरे पंजाब नू चुनिया गया, पूरे पंजाब नू हरी क्रांति दे नां ते रेहां स्प्रेवां भी देतियां, सुधरिया होया बीजां दियां किस्मां भी देतियां। उदू पहलां किसान च सबर संतोख सी, किसान आपदे परिवारां लई आपदी लोड़बंदी जिहड़ी उहदी सीमताई सी उत्थों तक ही फसल उगाउंदा सी या माड़ी मोटी वेच वटांदरा करदा सी। पर जदों हरी क्रांति आई एक गल तां पक्की आ वी साडियां जमीनां साडियां पाणी साडा वातावरण ये सब कुछ तां गंदला हो ही गया, नाल किसान दियां भुखां भी चमकातियां, क्योंकि जदों कितें किले चों 20 मण पैदा हुंदी होवे कणक ते उह कुछ क सालां च 40 मण ते आ जाए ते साडे कोले पैसे दुगणे बनन लग जाण, ते खेती दे इनपुट कॉस्ट सी जिहड़ी इनपुट कॉस्ट दा मतलब हुंदा उस वेले लेबर भी असीं आप करदे सी, उस वेले पाणी भी साडियां नहरां दी सिंचाई हुंदी सी, मोटरां तों सिंचाई भी नहीं हुंदी सी या सूएयां तों या कस्सियां तों पानी खेतां च असीं लाउंदे हुंदे सी। उस वेले मशीनीकरण भी एडा आधुनिक इस वड्डे तौर ते आया नहीं सी, ते उस कॉस्ट नूं भी देखिए तां उह भी घट सी, ते बिजली दे अज दे हिसाब नाल खर्चे भी घट सी, ते इस करके जदों उह मुनाफा होया किसानां कोले उह कुछ क सालां च 3-4 सालां च डबल हो गया। मुनाफे दा फायदा पंजाब नूं होना चाहीदा सी, कुछ क होया भी सीधे तौर पर होया, पर जो पूर्ण तौर पर मुनाफे दा फायदा सरकार दीयां नीतियां देखो, सरकार दीयां नीतियां समझनी आपां, पूर्ण तौर पर मुनाफे दा फायदा होना चाहीदा सी, उह पंजाब उठा उहनूं चक नहीं सकिया। क्यों नहीं चक सकिया? क्योंकि सानूं किसानी तां दे दित्ती गई, उह क्यों दित्ती गई? क्योंकि साडे कोले पाणी भी हैगा, असी मेहनत करन लई साढ़े कोले शरीर भी हैगे, साढ़े कोले जज्बे भी हैगे सी भी साढ़े बजुर्ग सारा सारा दिन खेतां च मिट्टी नाल मिट्टी होई जांदे सी, हल वालो रात नूं चाहे पानी ला लो, साढ़े बजुर्गां ने महारत हासिल कर ली सी, तां खेती दा स्किल भी सीगा साढ़े कोले। इस करके पूरी पंजाब दी जरखेज जमीन आ जिहड़ी उहनूं चुणिया गया हरी क्रांति लई। जे तुसीं बाकी राज्यां नूं देखो ਤਾਂ ਕੇਰਲਾ ਦਾ ਇੱਕ ਅੱਧਾ ਡਿਸਟ੍ਰਿਕਟ ਚੁਣਿਆ ਗਿਆ, ਬੰਗਾਲ ਦਾ ਇੱਕ ਡਿਸਟ੍ਰਿਕਟ ਜਿਵੇਂ ਵਰਧਮਾਨ ਡਿਸਟ੍ਰਿਕਟ ਚੁਣਿਆ ਗਿਆ, ਉੱਥੇ ਉੱਥੇ ਸਾਰੇ ਕੇਰਲਾ 'ਚ ਸਾਰੇ ਬੰਗਾਲ 'ਚ ਸਾਰੇ ਹਰਿਆਣੇ 'ਚ ਹਰੀ ਕ੍ਰਾਂਤੀ ਨਹੀਂ ਆਈ, ਹਰਿਆਣੇ 'ਚ ਵੈਸਟ ਹਰਿਆਣੇ 'ਚ ਹਰੀ ਕ੍ਰਾਂਤੀ ਆਈ ਆ। ਜੇ ਆਪਾਂ ਹਿਸਾਰ ਤੋਂ ਇੱਧਰਲਾ ਹਿੱਸਾ ਦੇਖੀਏ ਤਾਂ ਬਾਕੀ ਹਰਿਆਣੇ 'ਚ ਹਰੀ ਕ੍ਰਾਂਤੀ ਲਈ ਉਹਨਾਂ ਨੇ ਜੋ ਸਾਨੂੰ ਰੇਹਾਂ ਸਪਰੇਆਂ ਦਿੱਤੀਆਂ, ਸਾਨੂੰ ਸੁਧਰੇ ਹੋਏ ਬੀਜ ਦਿੱਤੇ, ਉਹਦੇ ਸਿੱਟੇ ਕੀ ਨਿਕਲਣਗੇ ਇਹ ਕਿਸੇ ਨੇ ਖੋਜ ਨਹੀਂ ਕੀਤੀ। ਜਿਹੜੇ ਵਿਗਿਆਨੀ ਬੈਠੇ ਸੀ ਖੇਤੀਬਾੜੀ ਯੂਨੀਵਰਸਿਟੀਆਂ 'ਚ ਉਹਨਾਂ ਨੇ ਵੀ ਖੋਜ ਨਹੀਂ ਕੀਤੀ, ਸਿੱਟੇ ਕੀ ਨਿਕਲੇ? ਸਾਡੇ ਜੀਵ ਜੰਤੂ
तितर सहे साडे हुंदे सी, साडे चिड़िया कां तोते होर बहुत तरह के पंछी हुंदे सी। मालवे की जे मैं गल करां खिकरां मले उत्थे निम्मा डेकां ते अपने इस होर बहुत तरह के दरख्त हुंदे सी। हौली हौली वह सब गायब होने शुरू हो गए क्योंकि इकोलॉजिकल जदों कि आपां विकास लिआउणा होवे या सुधार लिआउणा होवे उहदे नाल नाल तुहानूं वातावरण की नॉलेज होनी, वातावरण की जानकारी होनी, जिन्हों मॉडर्न लैंग्वेज इकोलॉजिकल लिटरेसी कहा जाता, यह होनी बहुत जरूरी आ। इकोलॉजिकल लिटरेसी नूं कंप्लीटली इग्नोर किया गया। जिहड़े विज्ञानियों ने सुधरियां बीजां दीआं किस्मां सानूं दित्तियां या रेहां स्प्रेयां सानूं दित्तियां उहनां नूं सरकार सन्मान दिंदी सी, तगमे दिंदी सी। तां इक वारी मैं साडे बहुत इतिहासकार आ बड़ा खोज की आ, उन्होंने सरदार अजमेर सिंह जी उन्होंने इंटरव्यू सुन रहा सी। उन्होंने कहा मैनू अमरीका च किसी ने सवाल करता भी जिहड़े थोड़े आ ग्रीन रेवोल्यूशन लियाउण वाले पंजाब दे विज्ञानी आ, सरकार ने उन्होंने माण सन्मान दिता, या तो वह मूर्खा या सिरे दे चलाक आ। वह कहिंदे किवें? कहिंदे मूर्खता तां भी जदों उन्होंने आप सुधरियां बीजां दीआं किस्मां दित्तियां, जदों रेहां स्प्रेयां दित्तियां उदों उन्हां नूं इह नहीं पता सी भी इह धरती दा गांह जाके की होऊ, इत्थों दे पाणी दा की होऊ, इत्थों दे वातावरण दा की होऊ। जिहड़ा कैंसर होई जांदा, चमड़ी दे रोग होई जांदे आ, इह उत्थों दे नतीजे ही साडे सामणे आ। या चलाक आए आ भी अज पंजाब नूं आपदे हिसाब नाल वरत लो ते मुड़ के जो होऊ सानू परवाह नहीं, असी होर धरतियां नूं पैदा करके उन्हां नूं वरत लांगे। इह तां मंडियां पैदा करदे आ। ते मैनू ऐ लगता भी इह मूर्ख नहीं सी, इह सिरे दे चलाक सी, सरकारां सिरे दीआं चलाक सी। इहनां नूं पता सी इस वेले पंजाब नूं वरत लो। पंजाब नूं वरत्या गया 30-40 साल बहुत वड्डे साजिश दे अधीन, कॉन्सपरेसी दे अधीन वरत्या गया। जदों साढ़े इहो जिहा क्राइसिस आ गया भी साडियां भुखां भी चमका दित्तियां गईयां, सानू उत्थों फायदा होया, पर वह फायदा सानू फ्रिजां भी देतियां, सानू एसी भी देते, सानू कूलर भी देते, सानू मोटरसाइकिल भी देते। ना तो इत्थे कूलर बनते सी, ना उदों एसी बनते सी, ना मोटरसाइकिल बनते सी, इह मैनुफैक्चरिंग ना ट्रैक्टर बनते सी, इह सारा कुछ बाहरलियां कंपनियां उही पैसा जो असीं इत्थों कमाउंदे सी इहनां नूं दे दिंदे सी ते जाके बाहरलियां कंपनियां कोल ही वापस चला जांदा सी। इह कॉन्सपरेसी थ्यूरी असीं कदे समझ ही नहीं सके। जे पंजाब कदे इंडस्ट्री मंगदा सी तां पंजाब नूं इंडस्ट्री लई नो कर दित्ती जांदी सी भी नहीं, पंजाब नूं इंडस्ट्री नहीं दे सकदे, तुसीं तां खेतीबाड़ी 'च ही इन्ने ज़्यादा महारत हासिल कर ली आ ते तुहाडा मुनाफा ही इन्ने ज़्यादा भी, जे तुसीं इंडस्ट्री भी लै ली तो थोड़ी पर कैपिटा इनकम या जी सा इनकम आ वह इन्नी ज़्यादा वध जू बाकी इस देश के स्टेटा के कंपैरेटिवली भी थोड़े च वखरेवा पैदा हो जूगा। तो आर्थिक वखरेवा भी जदों थोड़े किसी खिते चाहता उन्होंने ऐ लगता भी यार मैं या उत्थों के वसनीकों उत्थों के लोगों उत्थों के आगूआन यह लगता भी असी तो बहुत अगे लंघ गए, बाकी जोड़े लोग आ या बाकी सूबे आ उन्हें अगे नहीं पहुँच सके जां उन्नी कमाई नहीं करते तो सानू पिछे धू रहे आ। तो भारत सरकार यह कदे भी नहीं चाहती सी भी पंजाब अगे नंघ चके या इकनोमिकली असी बाकी सूबियां तो बहुत अगे नंघ जाइए। हुण इस गल नू मुख रखदे होए सानू इंडस्ट्री कदे नहीं मिली, सिर्फ खेतीबाड़ी ही दित्ती गई। खेतीबाड़ी तो एक जड़ा समाज आ अगे जांदा हुंदा इंडस्ट्री वल, इंडस्ट्री तो कदे समाज च आई नहीं साढ़े, तो इंडस्ट्रियल इकोनमी ने सानू कदे सपोर्ट ही नहीं किया, असी अज भी खेती ते ही खड़ गए। आखे इंडस्ट्री तो अगे समाज जांदा सर्विस इंडस्ट्री वल, सर्विस इकोनमी वल, जिहड़ी अज दी मॉडर्न इकोनमी दी फाउंडेशन आ। जे मॉडर्न इकोनमी च रुजगार दी गल करदे आ तां सर्विस इंडस्ट्री आ, सर्विस इंडस्ट्री च टूरिज्म भी आउंदा, सर्विस इंडस्ट्री च एजुकेशन भी आउंदी आ, सर्विस इंडस्ट्री च जिहड़े आह
कॉल सेंटर खुले आ, ये भी आउंदे आ, सर्विस इंडस्ट्री च हॉस्पिटैलिटी भी आउंदी आ, मॉडर्न इकोनमी की फाउंडेशन आ, जां अज दी जिहड़ी आर्थिकता उहदी इह कह लो वी नींह रखदी आ सर्विस इंडस्ट्री पंजाब कोले, उह वी है नहीं सर पंजाब कोले लै दे के 1960 तों अज ताईं है कि खेती खेती सरकारां ने प्रोटैक्ट करनी हुंदी आ, सरकारां ने किसानां नूं सांभ के रखना हुंदा, सरकारां ने किसानां नूं सबसिडियां देनियां हुंदियां, सानू ना कदे उहनां ने प्रोटैक्ट कीता सांभ के रखिया, ना कदे सबसिडियां दित्तियां, दित्तियां तां साडी MSP चों खोह लैंदे सी, इधरों सानू बिजली मुफ्त दे दिंदे, उधरों MSP चों घटा दिंदे, तां गल फिर उत्थी आ जांदी। ਇਹ ਨੀਤੀਆਂ ਵੀ ਸਾਡੇ ਕਦੇ ਸਮਝ ਨਹੀਂ ਆਈਆਂ ਜਾਂ ਸਾਡੇ ਬਜ਼ੁਰਗਾਂ ਦੇ, ਕਿਉਂਕਿ ਅਸੀਂ ਤਾਂ ਮੰਗਦੇ ਹੀ ਦਾਨ ਭਰੋਸਾ ਦਾਨ ਦਾ, ਅਰਦਾਸ 'ਚ ਅਸੀਂ ਭਰੋਸਾ ਦਾਨ ਮੰਗਦੇ ਹਾਂ, ਤਾਂ ਬਜ਼ੁਰਗਾਂ ਨੂੰ ਤਾਂ ਐਂ ਹੁੰਦਾ ਸੀ ਵੀ ਸਾਡੇ ਆਗੂ, ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਉਹ ਸਾਡੇ ਲਈ ਕੰਮ ਕਰਨਗੇ, ਪਰ ਆਗੂਆਂ ਨੇ ਗਦਾਰੀਆਂ ਕੀਤੀਆਂ ਸਾਡੇ ਲਈ, ਸਾਡੇ ਆਗੂਆਂ ਨੇ ਵੀ ਨਹੀਂ ਕੰਮ ਕੀਤਾ। ਸੋ ਗੱਲ ਕਿੱਥੇ ਆ ਕੇ ਅੜ ਗਈ? ਇਕੱਲੀ ਖੇਤੀ 'ਤੇ। ਜੇ ਖੇਤੀ 'ਤੇ ਗੱਲ ਅੱਜ ਵੀ ਖੜੀ ਆ, ਹੁਣ इंडिया की GDP फिरदी आ -23 ते, GDP की हुंदी आ ये भी आपां समझ लैने आ। कोई सैक्टर बजुर्ग बैठे आ, जे किते कोई गल नहीं, कोई लफ्ज़ इहो जिहा अंग्रेजी का नहीं पता लगता, तां प्लीज़ तुसीं उत्थों ही हथ खड़ा कर दो जी, उहदी पंजाबी भी आपां लभण की कोशिश करांगे। कई वारी मेरी इन्नी मुहारत नहीं हुंदी उस पंजाबी दे लफ्ज़ ते, तां कोई बंदा सुजैसट कर दूगा, क्योंकि आपां गल्लबात ही कर रहे हैं प्रोडक्ट्स जिहड़ी फसल पैदा करदे आ। आई कोई कंपनी मोटरसाइकिल बनाउंदी आ, आई सर्विस इंडस्ट्री आपदी सर्विसिज दिंदी आ, इस सारे वर्तारे तों जिहड़ी इनकम पैदा हुंदी आ देश दी इनकम, उहनू GDP कहा जांदा, ग्रॉस डोमैसटिक प्रोडक्ट। इस किसे भी तरह की सर्विस, किसी भी तरह की मैनुफैक्चरिंग यूनिट, किसी भी तरह की फसल जदों देश दे कोले जाके एक इनकम पैदा करदी आ, उहनू GDP कहा जांदा। इंडिया अज -23 च आ, मतलब जो पहला GDP सी साडी जां देश दी इनकम सी, उत्थों मनफी हो के 23% थले डिग गई आ। हो कल्ली खेती आ जिहड़ी अज भी मुनाफा दे रही आ सरकार नूं, सानू नहीं दे रही सरकार नूं, चाहे वह मुनाफा मंडी बोर्ड दे थ्रू होवे, चाहे मुनाफा किसे तरह की इन्हां नूं आपां टैक्स दिंदे आ उहदे थ्रू होवे। टैक्स किवें दिंदे आ? क्योंकि असीं अज पानी भी सरकार तों खरीददे आ, असीं बिजली भी सरकार तों खरीददे आ, असी मशीनरी भी कंपनियां तो खरीदते हैं, सानू लेबर कॉस्ट भी यूनियन के हिसाब न लेबर रेट के उत्ते देनी पैंदी आ। सो ये जिहड़ियां सारियां साढ़े खर्चे आ, ये जांदे असल च सिरे ते सरकार कोल ही आ। तां कल्ली खेती आ जिहड़ी सरकार नू अज मुनाफा दे रही आ, बाकी सारी चाहे सर्विस इंडस्ट्री होवे इस देश की, चाहे मैनुफैक्चरिंग यूनिट होवे, वह घाटे च आ। हुण सरकार ने इन्हां कंपनियां नूं मंडियां तैयार करके देनियां, क्योंकि ये कंपनियां ने सरकारां नूं पालना हुंदा, फंड देने हुंदे आ। मैं बड़े पंजाबी ते सौखे लफ्ज़ां च गल कर रहा ताकि सारयां दी समझ च आ जाए, टैक्नीकल भाषा आपां यूज़ करांगे कई वारी वह समझ च आउणी औखी हो जाती है। सो सरकारां ने कंपनियां नूं पालना, कंपनियां ने सरकारां बनाउणियां, उहनां नूं फंड देने आ, उहनां ने इलैक्शन लड़ने आ। इस टाइम जिहड़ी साडी हुकमरान धिर आ उह तां सीधे तौर पर इस गल ते आ गई आ भी असी अंबानी, अदानी, गोदरेज या कोई हीरो होंडा हो जाए या ये सारे यूनिट हो जाए, इन्हां नूं पालांगे, क्योंकि साडे कोले जिहड़ा इन्हां तों पैसा आउंदा उहनूं भी अनोनमस रख्या जाऊगा, मतलब उहदे बारे कोई जानकारी देण दी कोई जरूरत नहीं। इह वी इही बिल लै के आए आ, ते उस कंपनी नूं इनकम टैक्स दे सैक्शन 80C दे अधीन रियायत भी दिती जाऊगी, वह सारी इनकम माफ भी की जाऊगी, तो वो उन्होंने रियायत मिलेगी। सो ये जड़ा सारा इन्होंने गलबा रच लिया, कंपनियां नू मंडी खड़ी करके देण दा, हुण इन्हां दी नज़र पैगी आ पंजाब हरियाणा दी किसानी ते,
ਇਹਨਾਂ ਨੇ ਕੀ ਸੋਚਿਆ ਵੀ ਇੱਥੇ ਕਿਸਾਨ ਅੱਜ ਵੀ ਮੁਨਾਫਾ ਕਮਾ ਰਹੇ ਆ ਜਿਵੇਂ ਮਰਜ਼ੀ ਕਰਦੇ ਆ ਜਿਉਂਦੇ ਆ। ਪੰਜਾਬ ਦੀ ਇਕਨੋਮੀ ਅੱਜ ਵੀ 55-60% ਸਿਰਫ ਖੇਤੀਬਾੜੀ ਤੇ ਖੜੀ ਆ। ਅੱਜ ਵੀ ਬਜ਼ੁਰਗ ਜੇ ਕਿਸੇ ਨੇ ਬਾਹਰ ਭੇਜਣਾ ਮੁੰਡਿਆਂ ਨੂੰ ਖੇਤਾਂ 'ਚੋਂ ਹੀ ਪੈਸਾ ਕੱਢ ਕੇ ਦਿੰਦੇ ਆ, ਜੇ ਵਿਆਹ ਕਰਨੇ ਆ ਤਾਂ ਵੀ ਖੇਤਾਂ 'ਚੋਂ ਹੀ ਪੈਸਾ ਕੱਢ ਕੇ ਦਿੰਦੇ ਆ। ਅੱਜ ਵੀ ਅਸੀਂ ਉਸੇ ਸਿਧਾਂਤ 'ਤੇ ਖੜੇ ਹਾਂ ਵੀ ਜ਼ਮੀਨ ਮਰੇ ਪਏ ਨੂੰ ਵੀ ਰੋਟੀ ਦਿੰਦੀ ਆ। ਅਤੇ ਕਿਸਾਨ ਜਾਂ ਪੰਜਾਬ ਦਾ ਕਿਸਾਨ ਜਾਂ ਹਰ ਸ਼ਖਸੀਅਤ ਹਰ ਵਿਅਕਤੀ ਪੰਜਾਬ ਦਾ ਜੁੜਿਆ ਹੀ ਜ਼ਮੀਨ ਨਾਲ ਆ। ਅਸੀਂ ਜੇ ਅੱਜ ਕੰਪਨੀਆਂ ਨੂੰ ਆਪਦੇ ਸਿਰ 'ਤੇ ਭਾਲਿਆ, ਕੰਪਨੀਆਂ ਨੇ ਤਾਂ ਟਾਰਗੇਟ ਦੇਖਣੇ ਹੁੰਦੇ ਆ, ਕੰਪਨੀਆਂ ਨੇ ਤਾਂ ਮੁਨਾਫਾ ਦੇਖਣਾ ਹੁੰਦਾ, ਕੰਪਨੀਆਂ ਨੇ ਇਹ ਨਹੀਂ ਦੇਖਣਾ ਵੀ ਤੁਹਾਡੇ ਕਿੰਨੇ ਕੁ ਅਹਿਸਾਸ ਜੁੜੇ ਆ ਤੁਹਾਡੀ ਜ਼ਮੀਨ ਨਾਲ, ਤੁਹਾਡੀ ਕਿੰਨੀ ਕੁ ਹੋਂਦ ਜੁੜੀ ਆ ਤੁਹਾਡੀ ਜ਼ਮੀਨ ਨਾਲ। ਜਦੋਂ ਬਾਬੇ ਨਾਨਕ ਨੇ ਕਰਤਾਰਪੁਰ ਹਲ ਵਾਹੁਣ ਲੱਗ ਗਿਆ ਸੀ ਉਦੋਂ ਹੀ ਸਾਨੂੰ ਦੱਸਤਾ ਸੀ ਵੀ ਸਾਡੀ ਹੋਂਦ ਹੀ ਇਸ ਧਰਤੀ ਨਾਲ ਜੁੜੀ ਆ। ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਸਾਰੀ ਜ਼ਮੀਨ ਨੂੰ ਇਸ ਵਾਤਾਵਰਨ ਨੂੰ ਸੰਬੋਧਨ ਕੀਤਾ ਸੀ ਪਵਨ ਗੁਰੂ, ਪਵਨ ਨੂੰ ਗੁਰੂ ਕਿਹਾ ਸੀ, ਗੁਰੂ ਦਾ ਦਰਜਾ ਦਿੱਤਾ ਸੀ। ਪਵਨ ਗੁਰੂ ਅੱਗੇ ਤੁਸੀਂ ਦੱਸੋ ਕੀ ਆ, ਮਾਤਾ ਧਰਤ ਮਹੱਤ, ਇਹਦੇ ਉੱਤੇ ਅਸੀਂ ਕੀ ਦਰਜਾ ਦੇ ਦਈਏ। ਪਵਨ ਗੁਰੂ ਪਾਣੀ ਨੂੰ ਪਿਤਾ ਕਹਿਤਾ, ਮਾਤਾ ਨੂੰ ਧਰਤ, ਜਿਹੜੀ ਸਾਡੀ ਮਾਤਾ ਉਹ ਧਰਤ ਆ ਸਾਡੀ, ਉਹ ਸਾਡੀ ਇਹ ਧਰਤੀ ਆ। ਇਹ ਅਹਿਸਾਸ ਕੰਪਨੀਆਂ ਦੇ ਥੋੜ੍ਹੀ ਜੁੜੇ ਹੋਣਗੇ, ਉਹਨਾਂ ਨੇ ਬਾਬੇ ਨਾਨਕ ਦੀ ਬਾਣੀ ਥੋੜ੍ਹੀ ਪੜ੍ਹਨੀ ਆ। ਅਸੀਂ ਕਹਿੰਦੇ ਹਾਂ ਸਾਡੀ ਹੋਂਦ ਦੀ ਲੜਾਈ ਆ, ਕਿਉਂ ਹੋਂਦ ਦੀ ਲੜਾਈ ਆ, ਹੋਂਦ ਸਾਡੀ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਚ ਪਈ ਆ, ਹੋਂਦ ਸਾਡੀ ਧਰਤੀ ਜਦੋਂ ਅਸੀਂ ਅੱਜ ਵੀ ਕਹਿੰਦੇ ਹਾਂ ਇਹ ਮਰੇ ਪਏ ਨੂੰ ਵੀ ਰੋਟੀ ਦਿੰਦੀ ਆ ਉੱਥੇ ਪਈ ਆ। ਇਹ ਗੱਲਾਂ ਨਾ ਸਰਕਾਰਾਂ ਦੇ ਸਮਝ 'ਚ ਆਉਂਦੀਆਂ, ਨਾ ਕੰਪਨੀਆਂ ਦੇ ਸਮਝ 'ਚ ਆਉਂਦੀਆਂ, ਸਾਡੇ ਉੱਤੇ ਕਾਨੂੰਨ ਬਣਾ ਕੇ ਲੈ ਆਉਂਦੇ ਆ ਅਤੇ ਅਸੀਂ ਕਹਿੰਦੇ ਹਾਂ ਕਾਨੂੰਨ ਮਾੜੇ ਆ। ਸਾਡੀਆਂ ਗੱਲਾਂ ਉਹਨਾਂ ਨੂੰ ਕਿੱਥੋਂ ਸਮਝ ਆਉਣਗੀਆਂ ਅਤੇ ਕਿੱਥੋਂ ਕਿਸਾਨ ਯੂਨੀਅਨ ਇਹ ਗੱਲ ਸਮਝ ਲੂਗੀ ਜਿਹੜੀ MSP ਦੀ ਅਤੇ APMC ਦੀ ਮੰਡੀ ਬੋਰਡ ਦੀ ਗੱਲ ਕਰਦੀ ਆ। ਇੱਕ ਅਹਿਸਾਸ ਹੁੰਦਾ ਰੂਹਾਂ 'ਚ ਵਸਿਆ ਹੁੰਦਾ, ਸਾਡੇ ਅਹਿਸਾਸ ਰੂਹਾਂ 'ਚ ਵਸਿਆ, ਸਾਡੇ ਧਰਤੀ ਸਾਡੀ ਰੂਹਾਂ 'ਚ ਵਸੀ ਆ। ਹੁਣ ਕਿਸਾਨ ਯੂਨੀਅਨ ਨੂੰ ਮੈਂ ਕਿੱਥੋਂ ਸਮਝਾ ਦਾਂ ਵੀ ਇਹ ਤਾਂ ਯਾਰ ਗੱਲ ਹੀ ਰੂਹਾਂ ਦੀ ਹੋ ਰਹੀ ਆ, ਇਹ ਤਾਂ ਗੱਲ ਕਿਸੇ ਹੋਰ ਪਿਰਤੀ ਦੀ ਚੱਲ ਰਹੀ ਆ। ਤੁਹਾਡੇ ਕੋਲ ਆ ਕੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਦਿੰਦੇ ਹਾਂ, ਤੁਸੀਂ ਕਾਮਰੇਡਾਂ ਵਾਲੀ ਗੱਲ ਕਰਕੇ ਕਹਿੰਦੇ ਹੋ ਆਹ ਗੱਲ ਨਾ ਕਰੋ ਯਾਰ, ਹੈ ਨਾ। ਸੋ ਜੇ ਸਾਡੀਆਂ ਰੂਹਾਂ ਨੂੰ ਹੀ ਨਹੀਂ ਸਮਝੋਗੇ ਫਿਰ ਤੁਹਾਡੇ ਅਤੇ ਸਰਕਾਰਾਂ 'ਚ ਕੀ ਫਰਕ ਰਹਿ ਗਿਆ। ਜੇ ਤੁਸੀਂ ਸਾਨੂੰ ਕਹਿੰਦੇ ਹੋ ਕਿਸਾਨਾਂ ਦੇ ਹੱਲ ਦਿਓਗੇ ਤਾਂ ਸਾਡੀ ਰੂਹਾਂ ਨੂੰ ਤਾਂ ਸਮਝੋ ਪਹਿਲਾਂ, ਸਾਡੀ ਹੋਂਦ ਪਈ ਆ ਉੱਥੇ। ਇਸੇ ਤਰ੍ਹਾਂ ਹੀ ਸਾਡੀ ਹੋਂਦ ਦੀ ਲੜਾਈ ਆ। ਜੇ ਮੈਂ ਅੱਜ ਕਹਿੰਦਾ ਵੀ ਕੋਈ ਗੱਲ ਨਹੀਂ ਅਸੀਂ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ, ਪਰ ਵਿਚਾਰਾਂ ਦੇ ਵਖਰੇਵਿਆਂ ਲਈ ਮਿਲ ਜੋੜ ਕੇ ਬਹਿ ਜਾਂਦੇ ਹਾਂ, ਸਿਰ ਜੋੜ ਕੇ ਬਹਿ ਜਾਂਦੇ ਹਾਂ, ਗੱਲਬਾਤ ਕਰ ਲੈਂਦੇ ਹਾਂ, ਕੋਈ ਨਾ ਕੋਈ ਹੱਲ ਨਿਕਲਿਆ ਆਊਗਾ ਸੰਵਾਦ 'ਚ, ਹਉਮੇ 'ਚ, ਮੈਂ 'ਚ। ਜੇ ਤੁਸੀਂ ਕਹਿੰਦੇ ਹੋ ਮੂਵਮੈਂਟ ਜਿਹੜੀ ਆ, ਅੰਦੋਲਨ ਜਿਹੜਾ, ਇਹਦੇ 'ਤੇ ਵੀ ਗਲਬਾ ਪਾਲੀਏ, ਔਰ ਗਲਬਾ ਵੀ ਐਂ ਪਾਲੀਏ ਵੀ ਸਾਡਾ ਅੰਦੋਲਨ ਆ, ਫਿਰ ਤੁਸੀਂ ਵੀ ਉਹੀ ਕਰ ਰਹੇ ਹੋ। ਇੱਕ ਪਾਸੇ ਸਰਕਾਰ ਕਹਿ ਰਹੀ ਆ ਸਾਡੀ ਸਰਕਾਰ ਆ, ਤੁਸੀਂ ਕਹਿ ਰਹੇ ਹੋ ਸਾਡਾ ਅੰਦੋਲਨ ਆ, ਉੱਧਰ ਵੀ ਲੋਕ ਨਹੀਂ ਇੱਧਰ ਵੀ ਲੋਕ ਨਹੀਂ, ਫਿਰ ਜਵਾਬ ਕੀ ਆ ਤੁਹਾਡੇ ਕੋਲ? ਫਿਰ ਤੁਹਾਡੇ ਨਾਲ ਉਦੋਂ ਤੱਕ ਬੈਠਣ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਤੁਹਾਡਾ ਅੰਦੋਲਨ ਨਹੀਂ ਆ, ਇਹ ਲੋਕਾਂ ਦਾ ਅੰਦੋਲਨ ਆ, ਇਹ ਲੋਕ ਲਹਿਰ ਆ। ਇੰਨੀ ਕੁ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ, ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ, ਸਤਿ ਸ਼੍ਰੀ ਅਕਾਲ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।